ਵੇਖੋ ਪੰਜਾਬ ਦੇ ਵਿੱਚ ਸਾਰਿਆਂ ਤੋਂ ਵੱਡਾ ਤਾਂ ਲਾਅ ਐਂਡ ਆਰਡਰ ਦਾ ਜੀ। ਵੇਖ ਕੋਈ ਵੀ ਦਿਨ ਮੈਨੂੰ ਲੱਗਦਾ, ਖਾਸ ਕਰਕੇ ਮਾਝੇ ਦੀ ਧਰਤੀ 'ਤੇ ਤਾਂ ਕੋਈ ਵੀ ਦਿਨ ਐਸਾ ਨਹੀਂ ਚੜ੍ਹਦਾ ਜਿੱਦਣ ਨਿੱਤ ਕਤਲੋ ਗਾਰਤ ਦੀਆਂ ਖਬਰਾਂ ਨੇ ਜਿਹੜੀਆਂ ਉਹ ਫਰੰਟ ਪੇਜ ਦਾ ਸ਼ਿੰਗਾਰ ਨਹੀਂ ਹੁੰਦੀਆਂ। ਸਾਰਿਆਂ ਤੋਂ ਵੱਡੀ ਤਾਂ ਲਾਅ ਐਂਡ ਆਰਡਰ, ਨਸ਼ਾ ਅਤੇ ਸਾਰਾ ਲੁੱਟਾਂ ਖੋਹਾਂ, ਇਹ ਸਾਰਾ ਜਿਹੜਾ ਮਤਲਬ ਨਾ ਇਹ ਅੱਜ ਆਪਣਾ ਸਭ ਤੋਂ ਵੱਡੇ ਚੈਲੇਂਜ ਹੈ। ਅਤੇ ਇਹ ਵੀ ਬੜਾ ਵੱਡਾ ਚੈਲੇਂਜ ਹੈ ਕਿ ਜਿਹੜਾ ਅੱਜ ਆਪਣਾ ਯੂਥ ਹੈ ਪੰਜਾਬ ਦੇ ਵਿੱਚੋਂ ਪ੍ਰਵਾਸ ਕਰਕੇ ਵਿਦੇਸ਼ਾਂ ਨੂੰ ਜਾ ਰਿਹਾ। ਅਸੀਂ ਇਹੋ ਜਿਹੀ ਇੱਕ ਨੀਤੀ ਐਜੂਕੇਸ਼ਨ ਦੇ ਵਿੱਚ ਆਪਦੇ ਪ੍ਰਧਾਨ ਜੀ ਨਾਲ ਸਲਾਹ ਮਸ਼ਵਰਾ ਕਰਕੇ ਇੱਕ ਇਹੋ ਜਿਹਾ ਕੈਰੀਅਰ ਕਾਉਂਸਲਿੰਗ ਸੈੱਲ ਬਣਾਉਣ ਦੀ ਗੱਲ ਕਰਾਂਗੇ, ਜਿੱਥੇ ਸਾਡੇ ਨੌਜਵਾਨ ਨੇ IAS IPS ਮੈਡੀਕਲ ਲਾਈਨ ਦੇ ਵਿੱਚ ਇੱਥੇ ਰਹਿ ਕੇ ਅਤੇ ਆਪਦਾ ਇੱਥੇ ਫਿਊਚਰ ਬਣਾਉਣ। ਸੋ ਇਸ ਕਰਕੇ ਸਾਡੇ ਅੱਗੇ ਸਾਰਿਆਂ ਤੋਂ ਵੱਡਾ ਤਾਂ ਇਹੀ 3-4 ਚੈਲੇਂਜ ਹੈ। ਇਹ ਵੀ ਬਹੁਤ ਵੱਡਾ ਜਿਹੜਾ ਸਾਡੇ ਵਾਸਤੇ ਚੈਲੇਂਜ ਹੈ ਜਿਹੜਾ ਸਾਡੀ ਨੌਜਵਾਨੀ ਪ੍ਰਵਾਸ ਕਰਕੇ ਵਿਦੇਸ਼ਾਂ ਨੂੰ ਜਾ ਰਹੀ ਹੈ। ਵੇਖੋ ਪਾਰਟੀ ਵੱਲੋਂ ਜਿਹੜੀ ਵੀ ਜ਼ਿੰਮੇਵਾਰੀ ਦਿੱਤੀ ਜਾਊਗੀ, SOI ਪਹਿਲਾਂ ਵੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਢਾਲ ਬਣ ਕੇ ਕੰਮ ਕਰਦਾ ਰਿਹਾ। ਸਾਡੀ ਹਾਈਕਮਾਂਡ ਵੱਲੋਂ ਜਿਹੜੀ ਵੀ SOI ਨੂੰ ਡਿਊਟੀ ਦਿੱਤੀ ਜਾਏਗੀ, SOI ਪੂਰੀ ਸਾਰੇ ਵੀਰਾਂ ਦੇ ਸਹਿਯੋਗ ਨਾਲ ਤਨਦੇਹੀ ਨਾਲ ਨਿਭਾਵਾਂਗੇ। ਵੇਖੋ ਪਾਰਟੀ ਦੀ ਤਨਦੇਹੀ, ਪਾਰਟੀ ਦੀ ਜਿਹੜੀ ਚੜ੍ਹਦੀ ਕਲਾ ਵਾਸਤੇ ਅੱਜ ਸਾਡੇ ਜਿੰਨੇ ਵੀ ਵਿੰਗ ਨੇ ਉਹਨਾਂ ਸਾਰਿਆਂ ਨੂੰ ਡਟਵੀਂ ਮਿਹਨਤ ਕਰਨੀ ਪੈਣੀ ਹੈ ਤਾਂ ਜੋ ਜਿਹੜਾ ਸਾਡੀ ਪਾਰਟੀ ਹੈ ਝੂਠ ਦਾ ਜਿਹੜਾ ਸ਼ਿਕਾਰ ਹੋ ਕੇ ਲੋਕਾਂ ਨੇ ਜਿਵੇਂ ਝੂਠ ਭਰੋਸਿਆ, ਲੋਕਾਂ ਨੂੰ ਸਟੂਡੈਂਟਸ ਨੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਜਾਗਰੂਕ ਵੀ ਕਰਾਂਗੇ ਅਤੇ ਸੱਚਾਈ ਸਾਹਮਣੇ ਲਿਆ ਕੇ ਪਾਰਟੀ ਵੱਲੋਂ ਜਿਹੜੀ ਵੀ ਸਾਨੂੰ ਡਿਊਟੀ ਦਿੱਤੀ ਜਾਊਗੀ ਪੂਰੀ ਤਨਦੇਹੀ ਨਾਲ ਨਿਭਾਵਾਂਗੇ। ਭਗਵੰਤ ਮਾਨ ਸਾਹਿਬ ਕਹਿੰਦੇ 13-0 ਨਾਲ ਜਿੱਤਾਂਗੇ ਲੋਕ ਸਭਾ। ਚਲੋ ਵੇਖੋ ਜੀ, 13-0 ਉਹਨਾਂ ਨੇ ਕੀਤਾ, 0 ਆਪਦੇ ਆਪ ਨੂੰ ਨਹੀਂ ਕਿਹਾ ਅਤੇ 13 ਦੂਜੀਆਂ ਪਾਰਟੀਆਂ ਲਈ ਨਹੀਂ ਕਿਹਾ। ਭਗਵੰਤ ਮਾਨ ਦੇ ਕਹਿਣ ਨਾਲ ਵੇਖੋ ਜੀ, ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੀ ਹੈ, ਨਸ਼ੇ ਦੀ ਹਾਲਾਤ ਕੀ ਹੈ, ਠੀਕ ਹੈ। ਜਿਹੜੇ ਪੰਜਾਬ ਦੇ ਵਿੱਚ ਨਿੱਤ ਦਿਨ ਕਤਲੋ ਗਾਰਤ ਹੋ ਰਹੀ ਹੈ, ਲੋਕਾਂ ਨੂੰ ਝੂਠ ਪਰੋਸ ਕੇ ਜਿਹੜਾ ਠੱਗਿਆ ਗਿਆ, ਜੇ ਅੱਜ ਵੀ ਭਗਵੰਤ ਮਾਨ ਸਾਹਿਬ ਐਡੇ ਕੌਨਫੀਡੈਂਸ ਦੇ ਵਿੱਚ 13-0 ਦੀ ਗੱਲ ਕਰਦੇ ਤਾਂ ਮੈਨੂੰ ਲੱਗਦਾ ਵੀ ਇਹ ਇੱਕ ਹਾਸੋ ਹੀ ਨਹੀਂ ਗੱਲ। ਲਾਸਟ ਸਵਾਲ ਹੈ ਜੀ ਕਿ ਰਾਹੁਲ ਗਾਂਧੀ ਦੇ ਮਾਮਲਾ ਦਰਜ ਹੋਇਆ ਜੀ, ਕੀ ਲੱਗਦਾ ਕਿ ਸਿਆਸਤ ਹੁਣ ਪਰਚਿਆਂ ਤੋਂ ਕੀ ਰਹਿ ਗਈ ਹੈ? ਜੇ ਅਕਾਲੀ ਦਲ ਆਵਾਜ਼ ਚੁੱਕਦੀ ਹੈ ਤਾਂ ਵੀ ਮਾਮਲੇ ਦਰਜ ਹੁੰਦੇ ਆ, ਜੇ ਕਿ ਕਾਂਗਰਸ ਆਵਾਜ਼ ਚੁੱਕੀ ਤਾਂ ਵੀ, ਚਾਹੇ ਉਹ BJP ਹੋਵੇ ਸੱਤਾ 'ਚ, ਚਾਹੇ ਆਮ ਆਦਮੀ ਪਾਰਟੀ ਹੈ। ਵੇਖੋ ਜਿਹੜੀ ਪਰਚਿਆਂ ਦੀ ਰਾਜਨੀਤੀ ਹੈ ਜੀ, ਹਮੇਸ਼ਾ ਹੀ ਮਾੜੀ ਹੁੰਦੀ ਹੈ, ਪਰਚਿਆਂ ਦੀ ਰਾਜਨੀਤੀ ਮਾੜੀ। ਹਾਂ ਠੀਕ ਹੈ, ਜੇ ਕੋਈ ਗੁਨਾਹਗਾਰ ਹੈ ਉਹਦੇ 'ਤੇ ਪੋਲੀਟੀਕਲ ਜਿਹੜਾ ਉਹਦੇ ਪੋਲੀਟੀਕਲ ਕੋਈ ਪਰਚਾ ਨਹੀਂ ਹੋਣਾ ਚਾਹੀਦਾ। ਹਾਂ ਜਿਹੜਾ ਦੋਸ਼ੀ ਹੈ ਉਹਦੇ 'ਤੇ ਬਿਲਕੁਲ ਜਿਹੜੀ ਬਣਦੀ ਕਾਰਵਾਈ ਕਰਨੀ ਚਾਹੀਦੀ, ਪਰ ਸਿਆਸਤ ਦਾ ਜਿਹੜਾ ਮਿਆਰ ਹੈ ਇੰਨਾ ਗੰਦਲਾ ਨਹੀਂ ਕਰਨਾ ਚਾਹੀਦਾ ਕਿ ਆਪਾਂ ਇੱਕ ਪੋਲੀਟੀਕਲ ਜਿਹੜਾ ਬੰਦਾ ਆਪਣਾ ਵਿਰੋਧੀ ਹੈ ਉਹਦੇ 'ਤੇ ਆਪਦੀ ਕਿਸੇ ਮਾਈਲੇਜ ਲਈ, ਜਾਂ ਆਪਾਂ ਰਾਜਨੀਤੀ ਦਾ ਮਿਆਰ ਇੰਨਾ ਦੇਖ ਦਈਏ ਕਿ ਉਹਦੇ 'ਤੇ ਪੋਲੀਟੀਕਲ ਪਰਚੇ ਕਰੀਏ, ਇਸ ਚੀਜ਼ ਤੋਂ ਮੈਨੂੰ ਲੱਗਦਾ ਕੋਈ ਵੀ ਪਾਰਟੀ ਹੈ ਇਹ ਬਚਣਾ ਚਾਹੀਦਾ। ਥੈਂਕ ਯੂ ਸਰ।